ਕਸਬਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਅੱਜ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਚੁਣਾਵੀ ਮੀਟਿੰਗ ਸੀ। ਇਸ ਦੌਰਾਨ ਕਿਸਾਨਾਂ ਦੇ ਨਾਲ ਪੁਲਿਸ ਦੀ ਝੜਪ ਵੀ ਹੋਈ, ਛੋਟੀ ਮੋਟੀ ਧੱਕਾ ਮੁੱਕੀ ਵੀ ਹੋਈ, ਡਾਂਗ ਵੀ ਚੱਲੀ। ਕਾਰਨ ਕੀ ਸੀ, ਕਿਉਂ ਚੱਲੀ? ਦਿਨੇਸ਼ ਸਿੰਘ ਬੱਬੂ ਅਤੇ ਫਤਿਹਜੰਗ ਸਿੰਘ ਬਾਜਵਾ ਭਾਜਪਾ ਦੇ ਲੀਡਰ ਪਹੁੰਚਦੇ ਨੇ ਔਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ। ਸਾਡੇ ਨਾਲ ਕਿਸਾਨ ਆਗੂ ਮੌਜੂਦ ਆ, ਗੱਲਬਾਤ ਕਰ ਲਾਂਗੇ। ਕੀ ਨਾਮ ਆ ਜੀ? ਰਾਜ ਗੁਰਿੰਦਰ ਸਿੰਘ। ਰਾਜ ਜੀ, ਹੋਇਆ ਕੀ ਸੀ? ਸ਼ਾਂਤਮਈ ਬੈਠੇ ਬੈਠੇ ਇੱਕਦਮ ਕਿਸਾਨ ਵੀ ਉੱਠ ਕੇ ਭੱਜ ਪਏ ਅਤੇ ਪੁਲਿਸ ਵੀ ਫੜਦੀ ਰਹਿ ਗਈ। ਹੋਇਆ ਕੁਝ ਨਹੀਂ, ਪਹਿਲਾਂ ਇਹਨਾਂ ਦੀ ਗੱਲ ਹੋਈ ਸਾਡੇ ਪ੍ਰਧਾਨ ਸਾਹਿਬ ਨਾਲ, ਐਸ ਪੀ ਸਾਹਿਬ ਦੀ, ਕਿ ਉਹ ਇੱਥੇ ਆ ਕੇ ਸਾਡੀ ਸਵਾਲਾਂ ਦੇ ਜਵਾਬ ਦੇਣਗੇ। ਪਰ ਜਦੋਂ ਪੁਲਿਸ ਨੇ ਇਨਕਾਰੀ ਕਰ ਦਿੱਤੀ ਕਿ ਇਹ ਸੰਭਵ ਨਹੀਂ ਆ ਕਿ ਉਹ ਆ ਕੇ ਗੱਲ ਕਰਨ, ਤੁਹਾਡੇ ਸਵਾਲਾਂ ਦੇ ਜਵਾਬ ਦੇਣ, ਫਿਰ ਸਾਨੂੰ ਇੱਧਰ ਨੂੰ ਆਉਣਾ ਪਿਆ। ਫਿਰ ਸਾਰੇ ਚੱਲ ਪਏ, ਫਿਰ ਧੱਕਾ ਮੁੱਕੀ ਜੋ ਹੋਇਆ, ਫਿਰ ਇੱਥੇ ਅਸੀਂ ਪਹੁੰਚ ਗਏ। ਡਾਂਗ ਡੂੰਗ ਵੀ ਚੱਲੀ, ਸੱਟਾਂ ਲੱਗੀਆਂ ਕਿਸੇ ਦੇ? ਬਿਲਕੁਲ, ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗੀਆਂ। ਡਾਂਗ ਚੱਲੀ ਆ, ਹੁਣ ਕਿੰਨੀ ਚੱਲੀ ਤਾਂ ਆਪਾਂ ਕੀ ਕਹਿ ਸਕਦੇ, ਪਰ ਸੱਟਾਂ ਲੱਗੀਆਂ ਵਾ। ਚੰਗੀ ਗੱਲ ਤਾਂ ਅੱਜ ਇਹ ਵੀ ਤੁਹਾਨੂੰ ਲੱਗੀ ਹੋਏਗੀ ਕਿ ਜਿਹੜੇ ਕੈਂਡੀਡੇਟ ਸੀ ਉਹ ਤੁਹਾਡੇ ਕੋਲ ਆਏ, ਉਹਨਾਂ ਦੇ ਨਾਲ ਭਾਜਪਾ ਦੇ ਲੀਡਰ ਫਤਿਹਜੰਗ ਬਾਜਵਾ ਵੀ ਪਹੁੰਚੇ, ਤੁਹਾਡੇ ਸਵਾਲ ਵੀ ਸੁਣੇ ਅਤੇ ਜਵਾਬ ਵੀ ਦੇ ਗਏ। ਨਹੀਂ, ਚੰਗੀ ਗੱਲ ਤਾਂ ਲੱਗਦੀ ਜੇ ਉੱਥੇ ਆਉਂਦੇ ਜਿੱਥੇ ਇਹਨਾਂ ਸਾਡੇ ਨਾਲ ਵਾਅਦਾ ਕੀਤਾ ਹੈ। ਇਹ ਚੰਗੀ ਨਹੀਂ ਲੱਗੀ ਕਿ ਸਾਨੂੰ ਇੱਥੇ ਰੋਕਾਂ ਤੋੜ ਕੇ ਡਾਂਗਾ ਖਾ ਕੇ ਆਉਣਾ ਪਿਆ ਅਤੇ ਮਜਬੂਰ ਕਰਕੇ ਉਹਨਾਂ ਨੂੰ ਇੱਥੇ ਲਿਆਉਣਾ ਪਿਆ? ਜੇ ਆਪਣੇ ਆਪ ਆਉਂਦੇ ਤਾਂ ਚੰਗੀ ਗੱਲ ਹੀ, ਇਹ ਤਾਂ ਅਸੀਂ ਮਜਬੂਰ ਕਰਕੇ ਉਹਨਾਂ ਨੂੰ ਲਿਆਂਦਾ ਨਾ। ਇਹਦੇ ਵਿੱਚ ਚੰਗੀ ਗੱਲ ਵਾਲੀ ਤਾਂ ਕੋਈ ਗੱਲ ਨਹੀਂ। ਔਰ ਉਹ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਸਾਡੇ ਕਿਸਾਨ ਸ਼ਹੀਦ ਕੀਤੇ ਨੇ ਲਖੀਮਪੁਰ ਖੀਰੀ 'ਚ ਜਾਂ ਹੋਰ ਗੋਲੀਆਂ ਮਾਰ ਕੇ, ਸ਼ੁਭਕਰਨ ਨਵਰੀਤ, ਇਹ ਜਾਇਜ਼ ਆ? ਔਰ ਉਹਨਾਂ ਦਾ ਜਵਾਬ ਸੀ ਕਿ ਕੀ ਜਵਾਬ ਦਿੰਦੇ? ਉਹਨਾਂ ਨੇ ਫਿਰ ਇਹੀ ਕਿਹਾ ਵੀ ਇਹ ਤੁਹਾਡੀ ਗੱਲ ਸਹੀ ਆ, ਇਹ ਜਾਇਜ਼ ਨਹੀਂ ਸੀ, ਇਹ ਨਹੀਂ ਹੋਣਾ ਚਾਹੀਦਾ, ਅਸੀਂ ਜਿੱਥੇ ਉੱਥੇ ਤੁਹਾਡੇ ਨਾਲ ਖੜਾਂਗੇ। ਪਰ ਖੜਨਾ ਕਦੋਂ? ਉਹਨਾਂ ਨੂੰ ਕਿਹਾ ਕਿ ਜਿਹੜੇ ਹੁਣ ਫੜੇ ਨੇ, ਨਵਦੀਪ ਫੜਿਆ, ਹੋਰ ਫੜਿਆ, ਉਹਨਾਂ ਦੀ ਆਵਾਜ਼ ਚੁੱਕ ਦਿਉ। ਹੁਣ ਦੇਖਦੇ ਆ ਚੁੱਕਦੇ ਕਿ ਨਹੀਂ ਚੁੱਕਦੇ। ਬਾਕੀ ਸਵਾਲਾਂ ਦੇ ਤਾਂ ਜਵਾਬ ਇਹ ਦੇ ਹੀ ਨਹੀਂ ਸਕੇ ਔਰ ਕਿਸੇ ਦਾ ਵੀ ਨਹੀਂ ਜਵਾਬ ਇਹਨਾਂ ਕੋਲ ਦਿੱਤਾ ਗਿਆ। ਬਸ ਉਹ ਆਪਣੇ ਗੱਲਬਾਤ ਆਪਣੀ ਕਰਨਾ ਚਾਹੁੰਦੇ। ਜਿਹੜੀ ਸਵਾਲ ਪੁੱਛਣੇ ਅਸੀਂ ਪੁੱਛ ਲਏ, ਅਜੇ ਡੇਢ ਮਹੀਨਾ ਚੋਣ ਪ੍ਰਚਾਰ ਚੱਲਣਾ, ਕੀ ਇੱਦਾਂ ਹੀ ਪ੍ਰਦਰਸ਼ਨ ਜਾਰੀ ਰਹਿਣਗੇ ਕਿ ਜਾਂ ਅੱਜ ਪੁੱਛ ਲਏ ਤਾਂ ਗੱਲ ਖਤਮ ਰਹਿ ਜੀ? ਨਹੀਂ ਨਹੀਂ, ਬਿਲਕੁਲ ਇੱਦਾਂ ਹੀ ਜਾਰੀ ਰਹੇਗਾ ਜੀ, ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਕਿਉਂਕਿ SKM ਦਾ ਜਿਹੜਾ ਕਾਲ ਹੈ ਕਿ ਇਹਨਾਂ ਨੂੰ ਪਨਿਸ਼ ਕਰਨਾ ਹੈ, ਅਤੇ ਪਨਿਸ਼ ਇਹੀ ਹੈ ਕਿ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਆਪਾਂ ਨੇ, ਕਿਉਂਕਿ ਜੇ ਜਿੱਤ ਗਏ ਤਾਂ ਫਿਰ ਇਹੋ ਹੀ ਹਾਲ ਸਾਡਾ। ਇਸ ਤੋਂ ਅਗਲੀ ਰਣਨੀਤੀ ਇਹ ਜੀ, ਪਹਿਲਾਂ ਵੀ ਜਨਤਾ ਨੂੰ ਲਾਰਿਆਂ ਦੇ ਵਿੱਚ ਹੀ ਰੱਖਿਆ, ਸੁਨੀਲ ਜਾਖੜ ਆਏ ਉਹ ਵੀ ਗੱਲ ਕਰਕੇ ਚਲ ਗਏ, ਸੰਨੀ ਦਿਓਲ ਆਇਆ ਉਹ ਵੀ ਜਿੱਤ ਕੇ ਅਤੇ ਜਾ ਕੇ ਬਹਿ ਗਿਆ, ਹੁਣ ਭਾਵੇਂ ਫਤਿਹਜੰਗ ਬਾਜਵਾ ਮਤਲਬ ਆਪਣੇ ਇੱਧਰ ਲੀਡਰ ਸੀ ਉਹ ਵੀ BJP ਦੇ ਚਲ ਗਏ। ਇਹ ਸਿਰਫ ਪਬਲਿਕ ਨੂੰ ਲਾਰਿਆਂ 'ਚ ਲਾ ਕੇ ਅਤੇ ਆਪਣਾ ਕੰਮ ਕਰਕੇ ਅਤੇ ਮੁੜ ਕੇ ਨਹੀਂ ਆਪਣਾ ਕੋਈ ਵੀ ਰੋਜ਼ ਵਾਲੀ ਬਾਤ ਪੁੱਛਦਾ, ਇਹ ਤਾਂ ਇੱਦਾਂ ਹੀ ਰਹੂਗਾ ਵੀ ਜਿੰਨਾ ਚਿਰ ਮਤਲਬ ਹਰਾਉਣ ਤੱਕ ਹੀ ਆਪਣਾ ਜਿਹੜਾ ਵਾ ਸਿਲਸਿਲਾ ਜਾਰੀ ਰਹੂਗਾ ਵਾ ਪਿੰਡਾਂ 'ਚ ਹੋਵੇ। ਡੇਢ ਮਹੀਨਾ ਅਜੇ ਇਲੈਕਸ਼ਨ ਨੂੰ ਪਿਆ ਹੈ, ਪਰ ਕਿਸਾਨ ਆਖਦੇ ਨੇ ਕਿ ਇੱਦਾਂ ਹੀ ਪ੍ਰਦਰਸ਼ਨ ਜਾਰੀ ਰਹਿਣਗੇ, ਇੱਦਾਂ ਹੀ ਰੋਜ਼ਾਨਾ ਸਵਾਲ ਪੁੱਛਾਂਗੇ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਪਹੁੰਚਣਗੇ। ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ, ਫਤਿਹਗੜ੍ਹ ਚੂੜੀਆਂ।